ਮੈਡਮ ਇਹ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੂੰ ਖਾਣ ਪਾਣ ਦਾ ਜਿਹੜਾ ਇਜਾਜ਼ਤ ਮਿਲ ਗਈ ਹੈ ਅਤੇ ਸਟਾਫ ਦੇ ਵੀ ਤੁਸੀਂ ਚਾਹੋਗੇ ਪੂਰੇ ਦੁਨੀਆਂ ਦੇ ਵਿੱਚ? ਬਿਲਕੁਲ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਸਾਡੇ ਦੇਸ਼ ਦੀ ਸਰਕਾਰ ਬਿਲਕੁਲ ਨਾਕਾਮਯਾਬ ਰਹੀ ਹੈ ਕਿ ਭਾਵੇਂ ਫਰਾਂਸ ਦੇ ਜਿੱਥੇ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਨਹੀਂ ਜਾਣ ਦਿੰਦੇ, ਜਿੱਥੇ ਇਟਲੀ ਵਿੱਚ ਸਾਡੇ ਸਿੱਖ ਭਰਾਵਾਂ ਨੂੰ ਪਾਸਪੋਰਟ ਵਾਸਤੇ ਜਾਂ ਡਰਾਈਵਿੰਗ ਲਾਇਸੈਂਸ ਵਾਸਤੇ ਆਪਣੀ ਪੱਗ ਲਾ ਕੇ ਆਪਦੀ ਫੋਟੋ ਖਿਚਾਉਣੀ ਪੈਂਦੀ ਹੈ, ਜਾਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਆਪਣੇ ਸਿੱਖ ਭਰਾਵਾਂ ਨੂੰ ਕਿਸੇ ਹੋਰ ਧਰਮ ਦਾ ਸੋਚ ਕੇ ਉਹਨਾਂ ਦੇ ਖਿਲਾਫ਼ ਬਹੁਤ ਵੱਡਾ ਅਤਿਆਚਾਰ ਕੀਤਾ ਜਾ ਰਿਹਾ ਹੈ, ਜਿੱਥੇ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੀ ਇਹ ਤਕਲੀਫਾਂ ਨੂੰ ਉਹਨਾਂ ਦੇਸ਼ਾਂ ਦੀ ਸਰਕਾਰਾਂ ਦੇ ਘੱਟ ਕਰਾਉਣ ਵਾਸਤੇ ਕੋਈ ਯੋਗਦਾਨ ਨਹੀਂ ਪਾ ਸਕੇ ਨੇ। ਹਾਲਾਂਕਿ ਸਾਡਾ ਪਾਕਿਸਤਾਨ 'ਚ ਵੀ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਵੀ ਕਾਂਗਰਸ ਸਰਕਾਰ ਬਿਲਕੁਲ ਫੇਲ ਹੋ ਗਈ। ਮੈਂ ਧੰਨਵਾਦ ਕਰਦੀ ਹਾਂ ਆਸਟ੍ਰੇਲੀਅਨ ਸਰਕਾਰ ਦਾ, ਜਿਨ੍ਹਾਂ ਨੇ ਆਪ ਉੱਥੇ ਦੇ ਲੋਕਲ ਸਿੱਖਾਂ ਨੇ ਇਹ ਮਸਲਾ ਉਠਾ ਕੇ ਅਤੇ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਫੈਸਲਾ ਕੀਤਾ ਹੈ। 29 ਤਰੀਕ ਨੂੰ ਮੈਂ ਵੀ ਆਸਟ੍ਰੇਲੀਆ ਜਾ ਰਹੀ ਹਾਂ ਅਤੇ ਮੈਂ ਆਪ ਉਹਨਾਂ ਦੇ ਪ੍ਰਧਾਨ ਮੰਤਰੀ ਦਾ, ਆਪਣੇ ਸੂਬੇ ਵਾਲੇ, ਆਪਣੇ ਸੂਬੇ ਦੇ ਲੋਕਾਂ ਵੱਲੋਂ ਵੀ ਉਹਨਾਂ ਦਾ ਸ਼ੁਕਰਾਨਾ ਮੈਂ। ਜਿਹੜੇ ਲੋਕ ਸਭਾ ਦੀ ਚੋਣ ਹੈ, ਸਾਨੂੰ ਪੂਰੀ ਉਮੀਦ ਹੈ ਕਿ ਜਿਹੋ ਜਿਹੀ ਜਿੱਤ ਹੋਈ ਹੈ ਥੋੜ੍ਹੀ ਬਹੁਤੀ ਜਿਹੜੀ ਕਸਰ ਰਹਿ ਗਈ ਹੈ ਉਹਨੂੰ ਵੀ ਠੀਕ ਕਰਨ ਵਾਸਤੇ, ਉਹ ਘਾਟ ਕਮੀ ਦੂਰ ਕਰਨ ਵਾਸਤੇ ਅਕਾਲੀ ਦਲ ਅੱਜ ਤੋਂ ਹੀ ਜੁੱਟ ਗਿਆ ਹੈਗਾ ਅਤੇ ਮੈਨੂੰ ਉਮੀਦ ਹੈ ਕਿ 13 ਦੀ 13 ਸੀਟਾਂ ਵਿੱਚੋਂ ਅਸੀਂ ਇੱਥੋਂ ਕਾਮਯਾਬ ਹੋਵਾਂਗੇ ਅਤੇ ਜਦ ਆਪਣੀ ਭਾਜਪਾ ਦੀ ਸਰਕਾਰ ਵੀ ਝੋਲੀ ਵਿੱਚ ਪਾਵਾਂਗੇ ਅਤੇ ਦਿੱਲੀ ਵਿੱਚ ਜਿਹੜੀ ਵੀ ਸਰਕਾਰ ਬਣੂਗੀ ਉਹਦੇ ਵਿੱਚ ਅਕਾਲੀ ਦਲ ਦਾ ਬਹੁਤ ਮਜ਼ਬੂਤ ਅਤੇ ਵੱਡਾ ਹਿੱਸਾ ਵੀ ਹੋਵੇਗਾ। ਇਹਨਾਂ ਦੇ ਕੋਲ, ਕਾਂਗਰਸੀਆਂ ਦੇ ਕੋਲ ਦਾਅਵਿਆਂ ਤੋਂ ਸਿਵਾ ਹੋਰ ਰਹਿ ਕੀ ਗਿਆ? ਕੰਮ ਕਾਜ ਤਾਂ ਜ਼ਮੀਨੀ ਵਿੱਚ ਇਹਨਾਂ ਦੇ ਜਿਹੜੇ ਸੀਗੇ, ਮਹਿੰਗਾਈ ਸੀ, ਭ੍ਰਿਸ਼ਟਾਚਾਰ ਸੀ, ਇਹ ਆਪਣੇ ਦਾਅਵੇ ਇੱਕ ਕਰਦੇ ਆ ਤਾਂ 4 ਭ੍ਰਿਸ਼ਟਾਚਾਰ ਦੇ ਕੇਸ ਸਾਹਮਣੇ ਆ ਜਾਂਦੇ। ਇਹਨਾਂ ਨੇ ਦੇਸ਼ ਨੂੰ ਲੁੱਟ ਕੇ ਖੋਖਲਾ ਕਰਤਾ ਹੈਗਾ, ਲੋਕਾਂ ਦੇ ਉੱਤੇ ਮਹਿੰਗਾਈ ਦਾ ਬੋਝ ਪਾ ਕੇ ਲੋਕਾਂ ਦੇ ਜੇਬਾਂ ਖਾਲੀਆਂ ਕਰ ਦਿੱਤੀਆਂ ਹੈਗੀਆਂ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਚੱਲ ਜਾਓ, ਇਸ ਸਰਕਾਰ ਦੀ ਨੀਤੀਆਂ ਤੋਂ ਦੇਸ਼ ਦੇ ਲੋਕ ਬਿਲਕੁਲ ਦੁਖੀ ਹੋ ਚੁੱਕੇ ਨੇ ਅਤੇ ਇਸ ਕਾਂਗਰਸ ਦੀ ਸਰਕਾਰ ਨੂੰ ਦਿੱਲੀ ਤੋਂ ਕੱਢਣ ਦਾ ਲੋਕਾਂ ਨੇ ਮੰਗ ਕਰਨਾ। ਕਾਂਗਰਸ ਦੇ ਕੋਲ ਬਾਜਵਾ ਸਾਹਿਬ ਤੋਂ ਪੁੱਛਣਾ ਚਾਹੀਦਾ ਹੈ ਕਿ ਦਿੱਲੀ 'ਚ ਇਹਨਾਂ ਦੇ ਕਿੰਨੇ ਮੰਤਰੀ ਨੇ ਜਿਨ੍ਹਾਂ ਦੇ ਕਿੰਨੇ ਵੱਡੇ ਵੱਡੇ ਘੁਟਾਲੇ ਸਾਹਮਣੇ ਆਏ ਨੇ ਕਿ ਅਦਾਲਤ ਸੁਪਰੀਮ ਕੋਰਟ ਨੂੰ ਵਿੱਚ ਪੈ ਕੇ ਉਹਨਾਂ ਦੇ ਮੰਤਰੀਆਂ ਨੂੰ ਜੇਲ੍ਹ 'ਚ ਬੰਦ ਕਰਨਾ ਹੁੰਦਾ ਹੈ ਅਤੇ ਜਦ ਇਹੋ ਜਿਹੇ ਕੇਸ ਆਉਂਦੇ, ਜਦ ਸੱਜਣ ਕੁਮਾਰ ਨੂੰ ਰਿਹਾ ਕੀਤਾ ਜਾਂਦਾ ਹੈਗਾ, ਜਦ ਇਹ ਰਾਜਾ ਹੋਏ ਜਾਂ ਇਹਨਾਂ ਦਾ ਕੋਇਲਾ ਮੰਤਰੀ ਹੋਏ ਜਾਂ ਇਹਨਾਂ ਦਾ ਪ੍ਰਧਾਨ ਮੰਤਰੀ ਹੋਏ ਜਾਂ ਅਸ਼ਵਨੀ ਕੁਮਾਰ ਹੋਣ, ਇਹ ਤਾਂ ਪੰਜਾਬ ਦੇ ਇਹਨਾਂ ਦੇ ਮੰਤਰੀ ਹੋਣ, ਪਵਨ ਕੁਮਾਰ ਬੰਸਲ ਰੇਲ ਮੰਤਰੀ ਹੋਣ, ਜਦ ਇਹਨਾਂ ਦੇ ਘੁਟਾਲੇ ਸਾਹਮਣੇ ਆਉਂਦੇ ਤਾਂ ਬਾਜਵਾ ਸਾਹਿਬ ਜਾਂ ਅਮਰਿੰਦਰ ਸਿੰਘ ਜੀ ਆਪਦਾ ਮੂੰਹ ਖੋਲ੍ਹਦੇ ਨੇ ਤਾਂ ਜਦ ਉੱਥੇ ਉਹਨਾਂ ਚੁੱਪੀ ਧਾਰ ਲੈਂਦੇ ਨੇ ਅਤੇ ਅਸੀਂ ਤਾਂ ਆਪਣੀ ਪੂਰੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਊਗੀ। ਅਸੀਂ, ਸਾਡੀ ਨੀਤੀਆਂ ਕਾਂਗਰਸ ਵਰਗੀਆਂ ਹੈ ਨਹੀਂ, ਤਾਂ ਹੀ ਲੋਕ ਕਾਂਗਰਸ ਤੋਂ ਟੁੱਟ ਕੇ ਅਕਾਲੀ ਦਲ ਦੇ ਨਾਲ ਚੁਣੇ।